पिछले दिनी 19 दिसंबर 2020 नूं पंजाब दे मशहूर गायक अवतार तारी जी इस फानी संसार नूं सदा लई अलविदा कह गए सन। अज 27 दिसंबर नूं उनां दे जद्दी पिंड कालो माजरा गुरुद्वारा साहिब विखे भोग पाए गए अते अंतिम अरदास कीती गई। इस मौके समाजिक अते राजनीतिक पार्टियां तों इलावा पंजाब दे उग्गे गायक कलाकार जगतार जग्गा, हाकम बख्तरीवाला, हरिंदर हर, भुपिंदर बब्बल, हरजीत राणो, बिल सिंह, सतविंदर बुग्गा, गीतकार भट्टी पड़ीवाला, मदन शौंकी, बिट्टू खन्नेवाला, अमरजीत तिमान, गुरतेज तेज अते होर भी नामवार गायक अवतार तारी जी नूं श्रद्धांजलि भेंट करने लई पहुंचे। सो देखते रहो अते बने रहो साडे ए तिमान चैनल दे नाल। ਨੇਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਚਰਨਾਂ ਦੇ ਪਾਸ ਅਰਦਾਸ ਬੇਨਤੀ ਜੋਧੜੀ ਹੈ ਮਹਾਰਾਜ। ਆਪ ਜੀ ਦੇ ਮਹਾਵਾਕਾਂ ਦੇ ਅਨੁਸਾਰ ਫਰੀਦਾ ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇ ਦੇ ਹੰਜ ਨੂੰ ਅਚਿੰਤੇ ਮਾਫੀ ਚਲੇ ਜੀ ਸਰਦਾਰ ਸਿੰਘ ਜੀ। महाराज जी हिंदी च बैठे सारे दोस्तों मित्रों अते वाहिगुरु जी का खालसा वाहिगुरु जी की फतेह। अज असी अपने छोटे भरा सुरतार तारी की याद च उन्होंने श्रद्धांजलि भेंट करने सारे जुड़े हुए हैं। ਹੁਣ ਮੈਨੂੰ ਸਮਝ ਨਹੀਂ ਲੱਗ ਰਿਹਾ ਵੀ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ, ਕਿਉਂਕਿ ਮੇਰੇ ਨਾਲ ਘੱਟੋ ਘੱਟ 30-35 ਸਾਲ ਦਾ ਉਹ ਜੁੜਿਆ ਹੋਇਆ ਸੀ ਜਦ ਤੱਕ ਮੈਂ ਚੰਡੀਗੜ੍ਹ 'ਚ ਪੰਜਾਬੀ ਟੂਰ ਸ਼ੁਰੂ ਹੋਇਆ ਜਦ ਤੱਕ ਅਸੀਂ ਆਏ ਅਤੇ ਜਿੱਤਾ ਜਿੱਗਾ ਤਾਰੀ ਬੇਅੰਤ ਬੇਅੰਤ ਜਪਾਨ ਚਲੇ ਗਏ। ਉਹ ਤੋਂ ਬਾਅਦ ਤਾਰੀ ਨੇ ਕਮਾਂਡ ਸੰਭਾਲ ਲਈ। ਉਦੋਂ ਕੁਛ ਦੇਰ ਪਹਿਲਾਂ ਜੋ ਪੰਜਾਬ 'ਚ ਹਾਲਾਤ ਖਰਾਬ ਸੀ, ਤਾਰੀ ਵੀ ਉਸ ਪ੍ਰਭਾਵ 'ਚ ਆ ਗਿਆ ਸੀ ਅਤੇ ਜੱਗੇ ਨੇ ਕਹਿਣਾ ਕੇਸ਼ੀ ਵਿਚਾਰਾ ਉਹ ਵੀ ਹੈਗੀ ਇਸ ਵੇਲੇ ਇਸ ਦੁਨੀਆਂ 'ਚ, ਉਹਨਾਂ ਕਹਿਣਾ ਭਾਅ ਜੀ ਵੀ ਤਾਰੀ ਦਾ ਖਿਹੜਾ ਪੁਲਿਸ ਵਾਲਿਆਂ ਤੋਂ ਛਡਾਓ ਤਰੀਕੇ ਨਾਲ। ਤਾਰੀ ਨੂੰ ਸਮਤ ਬਖਸ਼ੀ ਪਰਮਾਤਮਾ ਨੇ, ਉਹ ਗਾਇਕੀ ਵਾਲੇ ਪਾਸੇ ਆ ਗਿਆ ਤੇ ਇਸ ਫੀਲਡ 'ਚ ਆ ਗਿਆ, ਸਮਾਜ ਸੇਵਾ ਕਰਨ ਲੱਗ ਗਿਆ। ਕਿਉਂਕਿ ਆਪਾਂ ਇੱਕ ਜਿਵੇਂ ਜੀਵਨ ਚੇਂਜ ਹੋ ਜਾਂਦਾ ਉਵੇਂ ਉਹਦਾ ਹੋਇਆ ਤੇ ਫਿਰ ਜੱਗੇ ਨਾਲ ਲੱਗ ਕੇ ਉਹ ਗਾਇਕੀ ਵਾਲੇ ਪਾਸੇ ਆ ਗਿਆ ਅਤੇ ਆਪਣਾ ਨਾਂ ਗਾਇਕੀ 'ਚ ਉਹਨੇ ਬਣਾਇਆ। ਅੱਜ ਆਪਾਂ ਜਿੰਨੇ ਗਾਇਕ, ਕਲਾਕਾਰ, ਪੱਤਰਕਾਰ, ਗੀਤਕਾਰ ਸਾਰੇ ਬੈਠੇ ਹਾਂ, ਉਹ ਇਸ ਕਰਕੇ ਇੱਥੇ ਜੁੜੇ ਹੋਏ ਹਾਂ। ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਅਵਤਾਰ ਸਿੰਘ ਤਾਰੀ ਆਪ ਜੀ ਦੀ ਬਖਸ਼ੀ ਹੋਈ ਸਵਾਸਾ ਪੂੰਜੀ ਨੂੰ ਭੋਗਦਿਆਂ ਹੋਇਆ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਮਹਾਰਾਜ। ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਨੇ ਆਪ ਜੀ ਦੀ ਪਵਿੱਤਰ ਬਾਣੀ ਦਾ ਕੋਟ ਆਸਰਾ ਲਿਆ। ਕਈ ਦਿਨਾਂ ਤੋਂ ਆਪਣੇ ਘਰ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਸਹਿਜ ਪਾਠ ਪ੍ਰਕਾਸ਼ ਕਰਵਾਏ ਸਨ, ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਨੇ। ਇਸ ਸਮੇਂ ਦਰਬਾਰ ਸਾਹਿਬ ਦੇ ਵਿੱਚ ਕੀਰਤਨੀ ਜਥੇ ਵੱਲੋਂ ਕੀਰਤਨ ਹੋਇਆ ਹੈ। ਦਤਾਰ ਜੀਓ, ਦੁਨੀਆਂ ਦੇ ਵਿੱਚ ਵਿਚਰਦੇ ਹੋਏ ਆਪ ਜੀ ਦੇ ਜੀਵਾਂ ਦੇ ਕੋਲੋਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ। ਭਾਈ ਅਵਤਾਰ ਸਿੰਘ ਉਹਨਾਂ ਦੇ ਅਵਗੁਣਾਂ ਨੂੰ ਨਾ ਚਿਤਾਰਨਾ, ਗੁਣਾਂ ਨੂੰ ਲੇਖੇ ਵਿੱਚ ਲਾ ਕੇ ਵਿਛੜੀ ਰੂਹ ਦੀ ਆਤਮਾ ਨੂੰ ਆਵਾਗਮਨ ਦੇ ਬੰਧਨਾਂ ਤੋਂ ਬਚਾ ਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ, ਪਿੱਛੇ ਪਰਿਵਾਰ ਨੂੰ ਭਾਣਾ ਮਰਨ ਦਾ ਬਲ ਉਦਮ ਬਖਸ਼ਣਾ। ਦਰਤਾਰ ਜੀ, ਉਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਦਸਬੰਧ ਕੱਢਿਆ, ਆਪ ਪੁਸ਼ਾਕੇ ਸਵੀਕਾਰ ਕਰੋ।
लोड़ पैण ते सेवकां दे दरगाह दे विच पर्दे खजणे की परिवार वालों आप जी की हजूरी दे विच तिहावल कड़ा प्रसाद दी देख सदके हाजर है दर प्रवान करो दर प्रवान्या प्रसाद साध संगत विच वरते जो भी शके सो अठे पहर आप जी दा नाम वाहिगुरु 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 जपे करो कृपा जी हुक्मनामे दी दात बख्श के संगतां नूं हुक्म विच चलण दी प्रेरणा दिओ सही प्यारे मेल जिन्हां मिलिया आप जी दा नाम चितवावै नानक नाम चढ़दी कला तेरे भाणे वाहिगुरु जी का खालसा वाहिगुरु जी की फतेह दोहरा आ गया पई अकाल की जो सतनर सेवते एक गायक एक स्टार कलाकार उस तो भी फट के बहुत लोगों के चानन मनारा सी वड़ा परिवार है भाई जी का उन्होंने बेटे पासवी सिंकारी उन्होंने बेटियां नवजीत कौर अश्विंदर कौर अगे उन्होंने जवाई मंगल सिंह जी कृपाल सिंह जी उन्होंने धर्म पत्नी साढ़े माता जी सरप्रीत कौर जी बहुत ही वड्डा परिवार है जसविंदर जस्सी जी फिल्म डायरेक्टर ने धारी जी के वड्डे भरा ने सरदार सुखदेव सिंह जी वड्डे भरा ने सतवीर सती चैनल सापरा सारा ही परिवार जिहड़ा कि पूरे समाज के अपनी एक वक्री जी रखता है ओ अंबर तो कोई तारा टुटिया मुड़ना लगता अंबर तो कोई तारा टुटिया हो मुड़ना लगता धरती तो कोई सजड़
ਅੰਬਰ ਤੋਂ ਕੋਈ ਤਾਰਾ ਟੁੱਟਿਆ ਹੋ ਕਿੱਥੋਂ ਲੈ ਕੇ ਕਿੱਥੋਂ ਤੱਕ ਇਹ ਜਿੱਤ ਨਿਮਾਣੀ ਚੱਲੇ ਹੋ ਦੁੱਖ ਸੁੱਖ ਗਰਮੀ ਸਰਦੀ ਤੇ ਸਭ ਖੁਸ਼ੀਆਂ ਗਮੀਆਂ ਚੱਲੇ ਤੇ ਮੁੱਕੇ ਤਾਂ ਪੁੱਛਿਆ ਦੀਵਾ ਫਿਰ ਨਾ ਜਗਦਾ ਧਰਤੀ ਤੋਂ ਕੋਈ ਸਜਣ ਉੱਠਿਆ ਮੁੜਨਾ ਲੱਭਦਾ ਅੰਬਰ ਤੋਂ ਕੋਈ ਤਾਰਾ ਟੁੱਟਿਆ ਤਾਂ ਜੀ ਦੇ ਗੀਤਾਂ ਦੀ ਇਕੱਲੇ ਜੀ ਮੁੱਠੀ ਬੰਦ ਵਿੱਚ ਸਭ ਕੁਝ ਹੁੰਦਾ ਤੂੰ ਗੀਤਾਂ ਵਿੱਚ ਸਮਝਾਇਆ ਉਹ ਅਮਰ ਹੋ ਗਈ ਪ੍ਰੀਤੋ ਜਿਸਦੇ ਘਰ ਕੁੰਡਾ ਖੜਕਾਇਆ ਹੋ ਅਮਰ ਹੋ ਗਈ ਪ੍ਰੀਤੋ ਜਿਸਦੇ ਘਰ ਕੁੰਡਾ ਖੜਕਾਇਆ ਦੁਨੀਆਂ ਛੱਡ ਕੇ ਜਾਣਾ ਹੀ ਨਹੀਂ ਅੱਜ ਕਿਉਂ ਲੱਗਦਾ ਧਰਤੀ ਤੋਂ ਕੋਈ ਸੱਜਣ ਉੱਠਿਆ ਮੁੜਨਾ ਲੱਭਦਾ ਅੰਬਰ ਤੋਂ ਕੋਈ ਤਾਰਾ ਟੁੱਟਿਆ ਮੁੜਨਾ ਲੱਗਦਾ ਧਰਤੀ ਤੋਂ ਕੋਈ ਸੱਜਣ ਉੱਠਿਆ ਮੁੜਨਾ ਲੱਭਦਾ ਸੰਸਾਰ ਸੋਹਣਾ ਹੋਣਾ ਅੰਤਰੋਂ ਵੀ ਨੇ ਪਰ ਨਾਸ਼ ਹੀ ਹੈ ਸਾਹ ਚੱਲਦਾ ਜਦੋਂ ਤੱਕ ਬਸ ਬੰਦਾ ਹੈ ਹਰ ਜੇ ਨਾ ਆਇਆ ਤੇ ਨਾਸ਼ ਹੀ ਹੈ ਸੋ ਅਸੀਂ ਸਾਰੇ ਮੌਤ ਰੂਪੀ ਦੀ ਗਰਾਈ ਦੇ ਆਪਣੇ ਵੱਲੋਂ ਆਪਣੇ ਸਮੁੱਚੇ ਪਰਿਵਾਰ ਵੱਲੋਂ ਸਮੁੱਚੇ ਸਿੰਘੀ ਜੱਟ ਵੱਲੋਂ ਤਰਨ ਤਾਰਨ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਕਹਿਤ ਕਵੀ ਸੁਣ ਰਹੇ ਸੰਤੋ ਖਿਦ ਹੀ ਕਰੋ ਨਵੇੜਾ ਅਬਕੀ ਵਾਰ ਬਖਸ਼ ਬੰਦੇ ਕੋ ਬੋੜ ਨਾ ਮਰਜਾ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰੀ ਇੱਕ ਖੁੱਲੀ ਕਿਤਾਬ ਦੇ ਵਰਕੇ ਅੰਦਰ ਯਾਰ ਸਿੰਘ ਪਰਿਵਾਰ ਨੇ ਜਿਹੜਾ ਘਾਟਾ ਪਿਆ ਉਹ ਤੇ ਪਿਆ ਹੀ ਹੈ ਤੇ ਮੈਂ ਨਾ ਇੱਕ ਬੇਨਤੀ ਵੀ ਕਰਦੇ ਹਾਂ ਕਿ ਤਾਰੀ ਦਾ ਬੇਟਾ ਕਿਸ ਫੈਕਟਰੀ 'ਚ ਕੰਮ ਕਰਦਾ ਆਪਾਂ ਉਹਨਾਂ ਨੂੰ ਬਈ ਇੱਥੋਂ ਤੋਂ ਰਿਕੁਐਸਟ ਹੈ ਕਿ ਆਪਾਂ ਨੂੰ ਕੋਈ ਚੰਗੀ ਥਾਂ ਤੇ ਤਾਰੀ ਤੇ ਚਲਾ ਗਿਆ ਆਪਣੇ ਪਰਿਵਾਰ ਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਅਸੀਂ ਇੱਥੇ ਬਹੁਤ ਹੀ ਦੁੱਖ ਦੀ ਘੜੀ ਵਿੱਚ ਸਾਡਾ ਹਾਣੀ ਸਾਡਾ ਹਾਣ ਦਾ ਅਵਤਾਰ ਤਾਰੀ ਜੀ ਜੋ ਕਿ 19 ਤਰੀਕ ਨੂੰ ਸਾਨੂੰ ਛੱਡ ਕੇ ਚਲੇ ਗਏ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਅਸੀਂ ਉਹਨਾਂ ਦੇ ਇੱਥੇ ਭੋਗ 'ਤੇ ਆਏ ਹਾਂ ਸੋ ਬਹੁਤ ਬੁਰਾ ਲੱਗ ਰਿਹਾ ਮੈਂ ਤਾਂ ਇਹੀ ਕਹੂੰਗੀ ਕਿ ਭੈਣਾਂ ਦਾ ਭਰਾ ਮਾਂ ਦਾ ਪੁੱਤ ਭੈਣਾਂ ਦਾ ਵੀਰ ਸੋ ਕਲਾਕਾਰਾਂ ਦਾ ਕਲਾਕਾਰ ਯਾਰਾਂ ਦਾ ਯਾਰ ਦੋਸਤਾਂ ਦਾ ਦੋਸਤ ਜਿੱਥੇ ਵੀ ਕਿਤੇ ਕਹਿਣਾ ਵੀ ਹਾਂਜੀ ਤਾਰੀ ਭਾਅ ਜੀ ਸਾਨੂੰ ਅੱਜ ਆਹ ਕੰਮ ਹੈ ਤਾਂ ਉਹਨਾਂ ਨੇ ਕਹਿਣਾ ਵੀ ਉੱਥੇ ਤਾਂ ਆਪਣਾ ਯਾਰ ਲੱਗਿਆ ਉੱਥੇ ਤਾਂ ਆਪਣਾ ਵੀਰ ਲੱਗਿਆ ਸੋ ਬੜੀ ਉਹਨਾਂ ਦੀ ਸਪੋਰਟ ਹੁੰਦੀ ਸੀ ਹਰ ਕੰਮ 'ਚ ਅਤੇ ਪਰ ਕਿਤੇ ਨਾ ਕਿਤੇ ਪਿਛਲੇ 6-7 ਮਹੀਨਿਆਂ ਤੋਂ ਲੱਤ ਕਰਕੇ ਬਹੁਤ ਜ਼ਿਆਦਾ ਡਿਸਟਰਬ ਰਹੇ ਉਹ ਅਤੇ ਬੜੇ ਹੀ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦੇ ਸੀ ਕਿ ਜੇ ਕਿਤੇ ਮੇਰੀ ਪੈਰ ਠੀਕ ਹੋਵੇ ਮੇਰੀ ਲੱਤ ਚੱਲਦੀ ਹੋਵੇ ਤਾਂ ਮੈਂ ਜੋ ਮਰਜ਼ੀ ਕਰ ਲਵਾਂ ਸੋ ਅੱਜ ਬੜਾ ਦੁੱਖ ਹੋਇਆ ਪਰਮਾਤਮਾ ਚਲੋ ਉੱਦਾਂ ਹੀ ਉਹਨਾਂ ਨੂੰ ਉਮਰ ਲੰਬੀ ਦੇ ਦਿੰਦਾ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਪਰ ਅਸੀਂ ਬਹੁਤ ਦੁਖੀ ਹਾਂ ਅੱਜ ਸੋ ਅਸੀਂ ਇੰਨੇ ਕਹਿਣਾ ਚਾਹਾਂਗੇ ਕਿ ਅੱਜ ਸਾਰੇ ਅਸੀਂ ਇੱਥੇ ਦੁੱਖ 'ਚ ਆਏ ਹਾਂ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਥੈਂਕ ਯੂ ਸੋ ਅੱਜ ਬਹੁਤ ਹੀ ਅਫਸੋਸਨਾਕ ਦਿਨ ਹੈ ਕਿ ਸਾਡਾ ਅਜ਼ੀਜ਼ ਭਰਾ ਅਵਤਾਰ ਤਾਰੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਸੋ ਅੱਜ ਅਸੀਂ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਜਿਹੜੇ ਖਾਸ ਕਰ ਚੰਡੀਗੜ੍ਹ ਏਰੀਆ ਰੋਪੜ ਪਟਿਆਲਾ ਸਰਹੰਦ ਜੀਰਕਪੁਰ ਪੰਚਕੂਲਾ ਇੱਥੋਂ ਜਿਨ੍ਹਾਂ ਨੇ ਸ਼ਿਰਕਤ ਕੀਤੀ ਆ ਸੋ ਅਸੀਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੀ ਕਰਦੇ ਹਾਂ ਕਿ ਮਾਲਕਾ ਆਪਣੇ ਚਰਨਾਂ ਵਿੱਚ ਨਿਵਾਸ ਦੇ ਅਤੇ ਸਾਨੂੰ ਸਾਰਿਆਂ ਨੂੰ
ਭਾਣਾ ਮੰਨਣ ਦਾ ਤਾਕਤ ਬਲ ਦੇਈ। ਸੋ ਇਹਨਾਂ ਸ਼ਬਦਾਂ ਨਾਲ ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅਵਤਾਰ ਤਾਰੀ ਜੀ ਦੀ ਅੰਤਿਮ ਅਰਦਾਸ ਦੇ ਮੌਕੇ 'ਤੇ ਸ਼ਾਮਿਲ ਹੋਏ ਹਾਂ ਤਾਂ ਬਹੁਤ ਹੀ ਸਾਡਾ ਇੱਕ ਅਟੁੱਟ ਅੰਗ ਸੀ ਉਹ ਮਿਊਜ਼ਿਕ ਪਰਿਵਾਰ ਦਾ, ਅਤੇ ਜਿੰਨੇ ਵੀ ਬੁੱਧੀਜੀਵੀ ਕਲਾਕਾਰ ਕਲਾ ਨੂੰ ਪਿਆਰ ਕਰਨ ਵਾਲੇ ਸਭ ਅੱਜ ਇਸ ਦੁੱਖ 'ਚ ਸ਼ਰੀਕ ਹੋਏ ਨੇ ਪਰਿਵਾਰ ਦੇ ਨਾਲ। ਸੋ ਬਾਕੀ ਤਾਂ ਇਹ ਤਾਂ ਵਿਧਾਨ ਹੈ ਪਰਮਾਤਮਾ ਦਾ ਕਿ ਜੋ ਆਇਆ ਸੋ ਚੱਲ ਸੀ, ਸਭ ਕੀ ਆਪਣੀ ਵਾਰੀ ਆ, ਇਹ ਤਾਂ ਵਿਧਾਨ ਹੈ। ਬਾਕੀ ਜੀਵਨ ਦਾ ਅਸਲੀ ਜਿਹੜਾ ਮੌਤ ਦਾ ਜਨਮ ਹੀ ਹੈ। ਸੋ ਦਾਸ ਬਾਕੀ ਤਾਂ ਆਪ ਜੀ ਨੂੰ ਕਿਆ ਕਹਿ ਸਕੇਗਾ। ਸੋ ਮੇਰਾ ਖਿਆਲ ਹੈ ਜਿਹੜੇ ਸੁਣਨ ਵਾਲੇ ਹੋਣਗੇ ਉਹ ਵੀ ਇਹ ਦੁੱਖ 'ਚ ਸ਼ਰੀਕ ਹੋਣਗੇ। ਬਾਕੀ ਤਾਂ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਅਵਤਾਰ ਤਾਰੀ ਤੁਰ ਗਿਆ, ਇੱਕ ਵੱਡਾ ਖਲਾ ਜਿਹੜਾ ਹੈਗਾ ਪੰਜਾਬੀ ਸੰਗੀਤ ਜਗਤ ਦੇ ਵਿੱਚ ਪੈ ਗਿਆ। ਬਾਈ ਅਵਤਾਰ ਤਾਰੀ ਯਾਰਾਂ ਦਾ ਯਾਰ ਸੀ, ਵੱਡਿਆਂ ਦਾ ਸਤਿਕਾਰ ਕਰਨ ਵਾਲਾ ਅਤੇ ਛੋਟਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਵਾਲਾ। ਮੇਰੇ ਜਿਹੀ ਪਤਾ ਨਹੀਂ ਕਿੰਨੇ ਹੀ ਅਨੇਕਾਂ ਹੀ ਹੈਗੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਮੋਟ ਕੀਤਾ, ਹੈ ਨਾ। ਅਤੇ ਅਜਿਹੀ ਵੱਖਰੀ ਸੋਚ ਦੇ ਨਾਲ ਉਹ ਇਨਸਾਨ ਵਿਚਰਦਾ ਸੀ ਕਿਉਂਕਿ ਜਿਹੜਾ ਕਿ ਜਿਹੜਾ ਇੱਕ ਵਾਰੀ ਵੀ ਉਸ ਇਨਸਾਨ ਨੂੰ ਮਿਲ ਪੈਂਦਾ ਸੀਗਾ ਉਸੇ ਦਾ ਹੋਕੇ ਰਹਿ ਜਾਂਦਾ ਸੀਗਾ। ਉਸ ਇਨਸਾਨ ਦਾ ਬਾਈ ਦਾ ਜਾਣ ਪਛਾਣ ਦਾ ਦਾਇਰਾ ਇੰਨਾ ਕੁ ਵੱਡਾ ਸੀਗਾ ਕਿ ਚਾਹੇ ਕਿਸੇ ਵੀ ਖੇਤਰ ਦੀ ਗੱਲ ਕਰ ਲਈਏ, ਕਿਸੇ ਵੀ ਖੇਤਰ ਦੀ ਗੱਲ ਕਰ ਲਈ, ਕੋਈ ਵੀ ਕਿਸੇ ਨੇ ਕੰਮ ਕਰ ਲਈ ਆਉਣਾ ਕਿ ਬਾਈ ਅੱਜ ਬਾਈ ਉਹ ਫਲਾਣੀ ਥਾਂ ਕੰਮ ਹੈਗਾ, ਉਹ ਲੈ ਉੱਥੇ ਦਾ ਆਪਣਾ ਫਲਾਣਾ ਭਰਾ ਲੱਗਿਆ ਹੋਇਆ ਹੈਗਾ। ਹਰ ਇੱਕ ਖੇਤਰ ਦੇ ਵਿੱਚ, ਚਾਹੇ ਧਾਰਮਿਕ ਖੇਤਰ ਦੀ ਗੱਲ ਕਰੀਏ, ਰਾਜਨੀਤਿਕ ਖੇਤਰ ਦੀ ਗੱਲ ਕਰੀਏ, ਜਾਂ ਪੰਜਾਬੀ ਗਾਇਕੀ ਦਾ ਕਹਿਣਾ ਕਿ ਆਪਣੇ ਗੀਤਾਂ ਦੇ ਨਾਲ ਪ੍ਰੀਤੋ ਦੇ ਘਰ ਦਾ ਭਾਬੀ ਕੁੰਡਾ ਖੜਕਾ ਬੈਠਾ, ਮੈਂ ਕਹਿੰਦਾ ਵਰਲਡ ਫੇਮਸ ਜਿਹੜਾ ਸੀਗਾ ਦੁਗਾਣਾ ਗਾਇਕੀ ਦੇ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਇਆ ਹੈ ਗੀਤ। ਹੋਰ ਵੀ ਅਨੇਕਾਂ ਗੀਤ ਨੇ, ਚਿੱਤ ਕਰਦਾ ਘਲਾੜੀ ਵਾਲਾ ਖਾਣ ਨੂੰ ਤੱਤਾ ਤੱਤਾ ਗੁੜ ਸੱਜਣਾ, ਅਜਿਹੇ ਗੀਤ ਜਿਹੜੇ ਕਿ ਸਾਡੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਆਪਣੀ ਧੀਆਂ ਦੇ ਨਾਲ ਭੈਣਾਂ ਦੇ ਨਾਲ ਬਹਿ ਕੇ ਅਸੀਂ ਸੁਣ ਸਕਦੇ ਹਾਂ, ਵੇਖ ਸਕਦੇ ਹਾਂ। ਅਜਿਹੇ ਗੀਤਾਂ ਨੂੰ ਰਚਣ ਵਾਲਾ, ਅਜਿਹੇ ਗੀਤਾਂ ਨੂੰ ਆਪਣੀ ਬੁਲੰਦ ਆਵਾਜ਼ ਦੇਣ ਵਾਲਾ ਅਵਤਾਰ ਤਾਰੀ ਅੱਜ ਸਾਡੇ ਦਰਮਿਆਨ ਨਹੀਂ ਰਿਹਾ। ਅੱਜ ਅਸੀਂ ਸਾਰੇ ਉਸ ਆਪਣੇ ਉਸਤਾਦ ਨੂੰ, ਆਪਣੇ ਗੁਰੂ ਜੀ ਨੂੰ, ਆਪਣੇ ਬਹੁਤ ਸਤਿਕਾਰਯੋਗ ਨੂੰ ਬਾਈ ਅਵਤਾਰ ਤਾਰੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਇਕੱਠੇ ਹੋਏ ਹਾਂ ਅਤੇ ਆਸ ਕਰਦੇ ਹਾਂ ਕਿ ਗੁਰੂ ਸਾਹਿਬ ਬਾਈ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਗੇ ਅਤੇ ਨਾਲ ਦੀ ਨਾਲ ਸਾਰਾ ਉਹਨਾਂ ਦਾ ਜਿਹੜਾ ਪਿੱਛੇ ਪਰਿਵਾਰ ਹੈ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਗੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਸ ਰੰਗਲੇ ਸੱਜਣ ਦੇ ਭੋਗ ਦੇ ਉੱਤੇ ਇਕੱਠੇ ਹੋਏ ਹਾਂ, ਜਿਸ ਨੂੰ ਮੈਨੂੰ ਨਹੀਂ ਲੱਗਦਾ ਤਾਂ ਅਮਰ ਫੁੱਲ ਪਾਵਾਂਗੇ। ਤਾਰੀ ਬਾਈ ਯਾਰਾਂ ਦਾ ਯਾਰ ਸੀ, ਹਰ ਦੁੱਖ ਵੇਲੇ ਤਾਂ ਉਹਨੇ ਖੜ੍ਹਨਾ ਹੀ ਖੜ੍ਹਨਾ, ਸੁੱਖ 'ਚ ਬਸ਼ੱਕ ਦੀ ਉਹ ਕਿਸੇ ਨਾਲ ਖੜ੍ਹੇ ਨਾ ਖੜ੍ਹੇ, ਕਿਉਂਕਿ ਦੁੱਖ ਵੇਲੇ ਹੀ ਬੰਦੇ ਦੀ ਜ਼ਰੂਰਤ ਹੁੰਦੀ ਹੈ। ਸਾਡੇ ਦਰਮਿਆਨ ਨਹੀਂ ਰਿਹਾ, ਛੋਟੀ ਉਮਰੇ ਚਲੇ ਗਿਆ, ਘਾਟਾ ਤਾਂ ਪੂਰਾ ਨਹੀਂ ਹੋਣਾ। ਬਾਕੀ ਪਰਮਾਤਮਾ ਆਪਣੇ ਕਦਮਾਂ ਦੇ ਵਿੱਚ ਨਿਵਾਸ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਾਈ ਜੀ ਅਵਤਾਰ ਤਾਰੀ ਜੀ, ਜਿਨ੍ਹਾਂ ਦੇ ਅੱਜ ਭੋਗ 'ਤੇ ਸਾਰੇ ਕਲਾਕਾਰ ਇਕੱਠੇ ਹੋਏ ਆ, ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹਾਂ ਅਤੇ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਮਿਹਰੀ ਪ੍ਰਹੱਤ ਰੱਖੇ ਅਤੇ ਚੜ੍ਹਦੀਆਂ ਕਲਾ ਬਖਸ਼ੇ। ਸਾਡਾ ਵੀਰ ਅਵਤਾਰ ਤਾਰੀ ਯਾਰਾਂ ਦਾ ਯਾਰ ਸੀ, ਸਾਰੇ ਦੇ ਨਾਲ ਕਲਾਕਾਰ ਦੇ ਨਾਲ ਮਿਲ ਕੇ ਚੱਲਣ ਵਾਲਾ ਸੀ। ਵਾਹਿਗੁਰੂ ਅੱਗੇ ਅਸੀਂ ਬੇਨਤੀ ਕਰਦੇ, ਵਾਹਿਗੁਰੂ ਆਪਣੇ ਉਹਨਾਂ ਨੂੰ ਚਰਨਾਂ ਨਾਲ ਜੋੜੀ ਰੱਖੇ ਅਤੇ ਪਰਿਵਾਰ 'ਤੇ ਮਿਹਰੀ ਪ੍ਰਹੱਤ ਰੱਖੇ। ਤੁਹਾਡਾ ਦਾਸ ਰਮਿੰਦਰ ਉਮਾ। ਮੈਂ ਸਵਰਨ ਸੀਮਾ ਮਾਜਰਾ, ਜੋ ਅਸੀਂ ਅੱਜ ਪਿੰਡ ਕਾਲੋ ਮਾਜਰਾ ਵਿਖੇ ਸ੍ਰੀ ਅਵਤਾਰ ਸਿੰਘ ਤਾਰੀ, ਜੋ ਸਾਡੇ ਲੋਕ ਗਾਇਕ ਅਤੇ ਮੋਹਾਲੀ ਚੰਡੀਗੜ੍ਹ ਖਰੜ ਇਕਾਈ ਦੇ ਪ੍ਰਧਾਨ ਵੀ ਸੀ ਅਤੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ, ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਵਿੱਚ ਅੱਜ ਅਸੀਂ ਪਿੰਡ ਕਾਲੋ ਮਾਜਰਾ ਵਿਖੇ ਪਹੁੰਚੇ ਹਾਂ।
उन्हां बारे एक बहुत ही वधिया इंसान, ज्ञानवान, सूझवान, नीतिवान, परमात्मा उन्हां नूं अपने चरणों में चढ़दी कला बख्शे। तो पिछों सके संबंधियां, यार मित्रां, परिवार नूं भाणा मन्नण दा बल बख्शे। वाहिगुरु जी का खालसा, वाहिगुरु जी की फतेह। नवीआं ते ताजीआं खबरां देखण लई साडे एतिमान चैनल नूं सबसक्राइब करो अते बैल आइकन दबाणा ना भुल्लो।